ਲਾਗੇ ਪੂਰਨ ਗਿਆਨ ਦਾ ਇਹ ਪੂਰਾ ਲਾਭ ਤੇ ਫਲ ਪ੍ਰਾਪਤ ਹੁੰਦਾ ਹੈ। ਅੰਤਰ ਹੀ ਆਪਣੀ ਅੰਤਾ ਕਰਨ ਦੇ ਅੰਤਰ ਹੀ ਗਤ ਪ੍ਰਾਪਤ ਜੋ ਤੀਰਥ ਪਵਿੱਤਰ ਆਤਮ ਰੂਪ ਪਰਮਾਤਮਾ ਹੈ। ਐਸੇ ਆਤਮ ਰੂਪ ਪਰਮਾਤਮ ਤੀਰਥ ਵਿੱਚ ਮਲ ਨਹਾਓ, ਮਲ ਮਲ ਕਰਕੇ ਸੋ ਗੁਰਮੁਖ ਜਨ ਬ੍ਰਹਮ ਬੇਤਾ ਪੁਰਖ ਨਹਾਓ ਨਾਮ ਦਾ ਇਸ਼ਨਾਨ ਕਰਦਾ ਹੈ। ਭਾਵ ਚਿੱਤ ਬਿਰਤੀ ਦੀ ਇਕਾਗਰਤਾ ਵਾਲਾ ਬਣਿਆ ਹੋਇਆ ਪਵਿੱਤਰ ਪਾਵਨੀ ਆਤਮ ਰੂਪ ਪਰਮਾਤਮਾ ਦਾ ਸਰਵਣ ਸਿਮਰਨ ਕੀਰਤਨ ਜਪ ਵਿਚਾਰ ਅਭਿਆਸ ਤੱਤ ਚਿੰਤਨ ਤੱਤ ਕਥਨ ਬਾਰੰਬਾਰ ਅਭਿਆਸ ਕਰਨਾ ਰੂਪੀ ਇਹ ਮਲ ਮਲ ਕਰਕੇ ਨਾਵ ਨਾਵਣਾ ਕਰਦਾ ਹੈ। ਸਾਰੀ ਵਿਖੇਪਤਾ ਦੀ ਮਲ ਨੂੰ ਦੂਰ ਕਰਦਾ ਹੈ। ਭਾਵ ਜਿਉਂ ਜਿਉਂ ਆਤਮ ਰੂਪ ਪਰਮਾਤਮਾ ਦੇ ਅੰਤਰ ਇਕਾਗਰਤਾ ਵਾਲਾ ਬਣਿਆ ਬਾਰ ਬਾਰ ਸਿਮਰਨ ਚਿੰਤਨ ਕਰਦਾ ਹੈ ਤਿਉਂ ਤਿਉਂ ਮਨੋ ਨਾਸ਼ ਵਾਸ਼ਨਾ ਖੈ ਹੋ ਕਰਕੇ ਜੀਵਨ ਮੁਕਤ ਅਵਸਥਾ ਦੇ ਪੂਰਨ ਆਨੰਦ ਨੂੰ ਅਨੁਭਵ ਕਰਦਾ ਹੈ। ਤੇ ਮਲ ਨਾਲ ਉਸਦਾ ਮਲ ਪਹਿਲਵਾਨ ਨਾਉ ਪੈ ਜਾਂਦਾ ਹੈ। ਜਿਨੀ ਪਛਾਤਾ ਸੱਚ ਸੇ ਦਰਗਾਹੇ ਮਲ ਉਹ ਵਾਹਿਗੁਰੂ ਦੀ ਦਰਗਾਹ ਵਿੱਚ ਪਹਿਲਵਾਨ ਸਭ ਤੋਂ ਮੁਖੀ ਜਾਣੇ ਜਾਂਦੇ ਹਨ। ਸਭ ਗੁਣ ਤੇਰੇ ਮੈਂ ਨਾਹੀ ਕੋਈ, ਕੀਤਾ ਸਿੱਧਾਂ ਨੇ ਕਿ ਹੇ ਦੀਨ ਦਿਆਲ ਜੀ ਐਸੇ ਪੂਰਨ ਅਭੇਦ ਏਕਤਾ ਵਾਲੇ ਗਿਆਨ ਦਾ ਮੁੱਖ ਸਾਧਨ ਕੀ ਹੈ? ਤਾਂ ਉੱਤਰ ਵਿੱਚ ਸਤਿਗੁਰੂ ਮਹਾਰਾਜ ਭਾਵ ਭਗਤੀ ਵਾਲੀ ਕਰਨੀ ਹੀ ਗਿਆਨ ਦਾ ਮੁੱਖ ਸਾਧਨ ਜਣਾਉਂਦੇ ਹੋਏ ਕਰਦੇ ਹੈ ਕਿ ਨਾਥ ਜੀ ਇਉਂ ਪਰਮ ਪੁਰਖ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕਰੀਏ। ਜਿਸ ਪ੍ਰਾਰਥਨਾ ਅਰਦਾਸ ਬੇਨਤੀ ਦੇ ਕੀਤੀਆਂ ਪ੍ਰਾਰਥਨਾ ਕਹੋ, ਬੇਨਤੀ ਕਹੋ, ਅਰਦਾਸ ਕਹੋ, ਸਾਰੇ ਸ਼ਬਦਾਂ ਦਾ ਇੱਕੋ ਅਰਥ ਹੈ। ਪਰਿਆਇ ਸ਼ਬਦ ਹਨ ਸਾਰੇ ਏਕ ਅਰਥ ਬੋਧਕਤਾ ਰੂਪ ਇਹਨਾਂ ਵਿੱਚ ਪਰਿਆਇਤਾ ਹੈ। ਜੋ ਸ਼ਬਦ ਵੱਖੋ ਵੱਖਰੇ ਹੋਣ ਅਰਥ ਸਾਰਿਆਂ ਦਾ ਇੱਕ ਹੋਵੇ ਉਹ ਪਰਿਆਇ ਸ਼ਬਦ ਕਥਨ ਕੀਤੇ ਜਾਂਦੇ ਹਨ। ਸ਼ਬਦ ਭਿੰਨਤਵੇ ਸਤੀ ਏਕ ਅਰਥ ਬੋਧ ਕਤੂੰ ਪਰਿਆਇ ਸ਼ਬਦ ਤੁੰ। ਸ਼ਬਦ ਵੱਖੋ ਵੱਖਰੇ ਹੋਵਣ ਜਿਵੇਂ ਪਾਣੀ ਜਲ ਉਦਕ ਪੱਥ ਕੰ ਆਦਿਕ ਸਾਰੇ ਇੱਕ ਧਰਮ ਰੂਪ ਪਾਣੀ ਜਲ ਦੇ ਨਾਮ ਹਨ। ਸੋ ਪ੍ਰਾਰਥਨਾ ਬੇਨਤੀ ਅਰਦਾਸ ਦੇ ਕੀਤੀਆਂ ਜਿਸ ਵਿੱਚ ਆਪਣੇ ਔਗੁਣ ਤੇ ਗੁਰ ਪਰਮੇਸ਼ਰ ਦੇ ਗੁਣ ਕਥਨ ਕੀਤੇ ਜਾਵਣ ਇਸ ਕਰਨੀ ਦੇ ਤਾਂ ਹੀ ਕਰਦਿਆਂ ਮਨ ਨੀਵਾਂ ਤੇ ਮਤ ਉੱਚੀ ਹੁੰਦੀ ਹੈ। ਜਿਸ ਦੀ ਸਿੱਖ ਗੁਰੂ ਪਾਸੋਂ ਰੋਜ਼ ਮੰਗ ਕਰਦਾ ਹੈ ਕਿ ਸੱਚੇ ਪਾਤਸ਼ਾਹ ਸਿੱਖਾਂ ਦਾ ਮਨ ਨੀਵਾਂ ਤੇ ਮਤ ਉੱਚੀ ਹੋਵੇ। ਸੋ ਪ੍ਰਾਰਥਨਾ ਦੇ ਕੀਤਿਆਂ ਮਨ ਨੀਵਾਂ ਬਣਦਾ ਹੈ ਤੇ ਮਤ ਉੱਚੀ ਹੁੰਦੀ ਹੈ। ਸੋ ਗੁਰੂ ਨਾਨਕ ਜੀ ਕਥਨ ਕਰਦੇ ਹੈ ਕਿ ਐਸੇ ਪ੍ਰਾਰਥਨਾ ਕਰੀਏ ਹੇ ਪਰਮ ਪੁਰਖ ਵਾਹਿਗੁਰੂ ਸਭ ਗੁਣ ਤੇਰੇ, ਤੇਰੇ ਵਿੱਚ ਸਾਰੇ ਗੁਣ ਹਨ। ਹੋਰ ਸੰਸਾਰ ਦੀ ਰਚਨਾ ਵਿੱਚ ਜੀਵ ਕੋਈ ਸਾਰੇ ਗੁਣਾਂ ਵਾਲਾ ਨਹੀਂ, ਤੂੰ ਸਰਬੱਤ ਗੁਣਾਂ ਕਰਕੇ ਭਰਪੂਰ ਹੈ। ਸਭ ਗੁਣ ਕਿਸੇ ਹੀ ਨਾ ਹੀ ਹਰਪੂਰ ਭੰਡਾਰੀਆ, ਹੋਰ ਸਾਰੇ ਗੁਣ ਕਿਸੇ ਦੇ ਵਿੱਚ ਨਹੀਂ, ਕੁਛ ਕੋਈ ਕਿਸੇ ਗੁਣ ਨੂੰ ਧਾਰਨ ਵਾਲਾ ਹੈ।
ਕੋਈ ਕਿਸੇ ਗੁਣ ਦੇ ਸੰਯੁਕਤ ਹੈ, ਤੂੰ ਸਰਬੱਤ ਗੁਣਾ ਕਰ ਪੂਰ ਹੈ। ਸਭ ਗੁਣ ਤੇਰੇ ਵਿੱਚ ਹਨ, ਮੈਂ ਨਾ ਹੀ ਕੋਏ, ਮੇਰੇ ਵਿੱਚ ਕੋਈ ਵੀ ਗੁਣ ਨਹੀਂ ਹੈ, ਮੈਂ ਅਨੇਕ ਪ੍ਰਕਾਰ ਦੇ ਔਗੁਣਾਂ ਵਾਲਾ ਹਾਂ। ਗੁਣ ਕੀਤੇ ਭਗਤ ਨਾ ਹੋਏ। ਹੇ ਨਾਥ ਜੀ, ਐਸੇ ਪ੍ਰਾਰਥਨਾ ਨਿਮਰਤਾ ਅਰਦਾਸ ਰੂਪ ਗੁਣ ਦੇ ਧਾਰਨ ਕਰੇ ਬਿਨਾਂ ਭਗਤ ਨਾ ਹੋਏ, ਉਸ ਪਰਮ ਪੁਰਖ ਵਾਹਿਗੁਰੂ ਦੀ ਭਗਤੀ ਨਾ ਹੋਏ, ਨਹੀਂ ਹੁੰਦੀ ਹੈ। ਨਿਮਰਤਾ ਗੁਣ ਦੇ ਧਾਰਨ ਕਰੇ ਬਿਨਾਂ, ਕਿਉਂਕਿ ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ। ਜਿਸ ਮਨ ਵਿੱਚ ਨਿਮਰਤਾ ਦਾ ਵਾਸਾ ਨਹੀਂ, ਹਉਮੈ ਦਾ ਨਿਵਾਸ ਹੈ, ਉੱਥੇ ਨਾਮ ਦਾ ਨਿਵਾਸ ਨਹੀਂ ਹੁੰਦਾ। ਜਿੱਥੇ ਨਾਮ ਦਾ ਨਿਵਾਸ ਹੋ ਜਾਵੇ, ਉੱਥੋਂ ਹਉਮੈ ਮਿਟ ਜਾਣਾ ਕਰਦੀ ਹੈ। ਜੈਸੇ ਸਤਿਗੁਰੂ ਮਹਾਰਾਜ ਕਥਨ ਕਰਦੇ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ, ਨਾਮ ਤੇ ਅਹੰਕਾਰ ਵਾਲਾ ਵਰਤਾਵ ਦੋਨੋ ਇੱਕ ਸਮੇਂ ਇੱਕ ਜਗ੍ਹਾ ਅੰਤਾ ਕਰਨ ਦੇ ਅੰਤਰ ਬਸ ਨਹੀਂ ਸਕਦੇ। ਜੈਸੇ ਪੂਰਾ ਅੰਧੇਰਾ ਤੇ ਪੂਰਾ ਪ੍ਰਕਾਸ਼ ਇੱਕ ਸਮੇਂ ਇੱਕ ਜਗ੍ਹਾ ਵਿੱਚ ਨਿਵਾਸ ਨਹੀਂ ਕਰ ਸਕਦੇ ਹਨ, ਇਉਂ ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ। ਸੋ ਨਿਮਰਤਾ ਰੂਪ ਗੁਣ ਦੇ ਧਾਰਨ ਕਰੇ ਤੋਂ ਬਿਨਾਂ, ਹਉਮੈ ਤੋਂ ਰਹਿਤ ਹੋ ਕੇ ਨਿਮਰਤਾ ਭਾਵ ਰੂਪ ਗੁਣ ਦੇ ਧਾਰਨ ਕਰੇ ਬਿਨਾਂ ਭਗਤ ਨਾ ਹੋਏ, ਉਸ ਪਰਮ ਪੁਰਖ ਵਾਹਿਗੁਰੂ ਦੀ ਭਗਤੀ ਨਾ ਹੋਏ, ਨਹੀਂ ਹੁੰਦੀ ਹੈ। ਇੱਕ ਮਨ ਹੋ ਕੇ ਨਾਮ ਦਾ ਸੁਣਨਾ, ਨਾਮ ਬਾਣੀ ਦਾ ਸੁਣਨਾ, ਪੜ੍ਹਨਾ, ਜਪਣਾ, ਵਿਚਾਰਨਾ, ਅਭਿਆਸਣਾ, ਸੋ ਇਹ ਨਿਮਰਤਾ ਗੁਣ ਦੇ ਧਾਰਨ ਕਰੇ ਬਿਨਾਂ ਐਸੀ ਭਗਤੀ ਨਹੀਂ ਹੁੰਦੀ ਹੈ। ਸਵਸਥ ਆਥ ਬਾਣੀ ਗੁਰਮਾਓ। ਐਸੇ ਪੂਰਨ ਪਰਮ ਤੱਤ ਦੇ ਵਿਚਾਰ ਨੂੰ ਸਰਵਣ ਕਰਕੇ ਸਿੱਧਾਂ ਨੇ ਪਰਖਣ ਕੀਤਾ ਜੀ, ਆਪੇ ਕਿਰਪਾ ਕਰਕੇ ਦੱਸੋ ਕਿ ਇਸ ਰਚਨਾ ਦੀ ਉਤਪਤੀ ਕਿਸ ਤਰ੍ਹਾਂ ਹੋਈ ਹੈ। ਮਤ ਭੇਦ ਕਰਕੇ ਅਨੇਕ ਤਰੀਕਿਆਂ ਦੁਆਰਾ ਰਚਨਾ ਦੀ ਸ੍ਰਿਸ਼ਟੀ ਦੀ ਉਤਪਤੀ ਮੰਨੀ ਹੈ ਵੱਖੋ ਵੱਖਰੇ ਮਤਾਂ ਵਾਲਿਆਂ ਨੇ, ਆਪ ਕਿਰਪਾ ਕਰਕੇ ਦੱਸੋ ਕਿ ਇਸ ਰਚਨਾ ਦੀ ਉਤਪਤੀ ਕੈਸੇ ਉਸ ਵਿਧਾਤਾ ਪੁਰਖ ਨੇ ਕੀਤੀ ਹੈ। ਤਾਂ ਉੱਤਰ ਵਿੱਚ ਗੁਰੂ ਨਾਨਕ ਜੀ ਉਚਾਰਨ ਕਰਦੇ ਹੈ, ਹੇ ਨਾਥ ਜੀ, ਸਵਸਥ ਆਥ ਬਾਣੀ ਬ੍ਰਹਮਾਓ। ਸਵਸਥ ਕਲਿਆਣ ਮੁਕਤ ਰੂਪ ਜੋ ਆਥ ਹੈ, ਉਸ ਤੋਂ ਬਾਣੀ ਹੋਈ, ਫੁਰਨਾ ਰੂਪ ਬਾਣੀ, ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ। ਉਸ ਬਾਣੀ ਤੋਂ ਅੱਗੇ ਬ੍ਰਹਮਾਓ, ਬ੍ਰਹਮਾ ਆਦਿਕ ਕਾਰਕ ਪੈਦਾ ਹੋਏ ਹੈ, ਬ੍ਰਹਮਾ ਵਿਸ਼ਨੂੰ ਸ਼ਿਵ ਆਦਿਕ ਕਾਰਕ ਪੈਦਾ ਹੋਏ ਹੈ। ਇਸ ਤਰ੍ਹਾਂ ਉਸ ਵਿਧਾਤਾ ਪੁਰਖ ਨੇ ਰਚਨਾ ਦੇ ਤਾਂ ਹੀ ਰਚਨਾ ਕੀਤਾ ਹੈ, ਮੈਂ ਇੱਕ ਤੋਂ ਅਨੇਕ ਰੂਪ ਹੋਏ ਜਾਵਾਂ। ਸਵਸਥ ਕਲਿਆਣ ਸਰੂਪ ਜੋ ਆਥ ਨਾਮ ਹੈ, ਉਸ ਤੋਂ ਬਾਣੀ ਪੈਦਾ ਹੋਈ, ਕਿ ਮੈਂ ਇੱਕ ਤੋਂ ਅਨੇਕ ਰੂਪ ਹੋ ਜਾਵਾਂ। ਉਸ ਫੁਰਨੀ ਦਾ ਨਾਮ ਹੀ ਆਥ ਮਾਇਆ ਕਥਨ ਕੀਤਾ ਹੈ। ਅੱਗੇ ਉਸ ਤੋਂ ਬ੍ਰਹਮਾਓ, ਬ੍ਰਹਮਾ ਆਦਿਕ ਕਾਰਕ ਪੈਦਾ ਹੋਏ, ਇਉਂ ਸਾਰੀ ਰਚਨਾ ਦੀ ਉਸਨੇ ਉਤਪਤੀ ਕੀਤੀ ਹੈ। ਐਸੇ ਕੌਣ ਕਹਿੰਦਾ ਹੈ ਕਿ ਬਾਣੀ ਬ੍ਰਹਮਾਓ, ਬ੍ਰਹਮਾਓ ਬ੍ਰਹਮਾ ਦੀ ਬਾਣੀ ਵੇਦ ਬਾਣੀ ਐਸੇ ਕਥਨ ਕਰਦੀ ਹੈ।
ਸਤ ਸੁਹਾਣ ਸਦਾ ਮਨ ਚਾਊ। ਦਰਸ਼ਨ ਕੀਤਾ ਜੀ ਉਸ ਵਾਹਿਗੁਰੂ ਤੋਂ ਰਚਨਾ ਪੈਦਾ ਹੋਣੀ ਕਰਕੇ ਉਹ ਰਮ ਗਿਆ ਹੋਵੇਗਾ, ਬਦਲ ਗਿਆ ਹੋਵੇਗਾ। ਜਿਵੇਂ ਦੁੱਧ ਦਹੀਂ ਰੂਪ ਹੋਇਆ ਪ੍ਰਣਮ ਜਾਂਦਾ ਬਦਲ ਜਾਂਦਾ ਹੈ, ਫਿਰ ਉਹ ਦੁੱਧ ਭਾਵ ਨੂੰ ਪ੍ਰਾਪਤ ਨਹੀਂ ਹੋ ਸਕਦਾ, ਇਸ ਤਰ੍ਹਾਂ ਉਹ ਵੀ ਫਿਰ ਪ੍ਰਣਮ ਗਿਆ ਬਦਲ ਗਿਆ ਹੋਵੇਗਾ, ਪ੍ਰਣਮਣੇ ਕਰਕੇ ਉਹ ਵਿਨਾਸ਼ੀ ਹੋ ਜਾਵੇਗਾ। ਤਾਂ ਉੱਤਰ ਵਿੱਚ ਗੁਰੂ ਨਾਨਕ ਜੀ ਉਚਾਰਨ ਕਰਦੇ ਹੈ ਕਿ ਹੇ ਨਾਥ ਜੀ, ਉਹ ਆਪਣੇ ਸਰੂਪ ਤੋਂ ਆਪਣੀ ਰਾਹੀਂ ਰਚਨਾ ਨੂੰ ਰਚਦਾ ਹੋਇਆ ਪ੍ਰਣਮਦਾ ਨਹੀਂ ਬਦਲਦਾ ਨਹੀਂ, ਜਿਵੇਂ ਸੋਨਾ ਸੰਚੇ ਆਦਿਕਾਂ ਦੁਆਰਾ ਅਤੇ ਘਾੜ ਚ ਘੜਨੇ ਵਾਲਿਆਂ ਦੁਆਰਾ ਅਨੇਕ ਤਰ੍ਹਾਂ ਦੀਆਂ ਗਹਿਣਿਆਂ ਦੀਆਂ ਸ਼ਕਲਾਂ ਵਾਲਾ ਸ਼ਕਲਾਂ ਦੇ ਆਧਾਰ ਤੇ ਵੱਖੋ ਵੱਖਰੇ ਨਾਮਾਂ ਵਾਲਾ ਬਣ ਜਾਂਦਾ ਹੈ, ਪਰ ਫਿਰ ਵੀ ਉਹ ਸੋਨੇ ਦਾ ਸੋਨਾ ਹੈ, ਪ੍ਰਣਮ ਦਾ ਬਦਲਦਾ ਨਹੀਂ ਹੈ। ਇਉਂ ਪਰਮ ਪੁਰਖ ਵਾਹਿਗੁਰੂ ਆਪਣੇ ਸਰੂਪ ਤੋਂ ਆਪਣੇ ਰਾਹੀਂ ਸਾਰੀ ਰਚਨਾ ਨੂੰ ਰਚ ਕੇ ਇੱਕ ਤੋਂ ਅਨੇਕਤਾ ਵਾਲਾ ਬਣਿਆ ਹੋਇਆ ਫਿਰ ਵੀ ਬਦਲਦਾ ਨਹੀਂ, ਫਿਰ ਵੀ ਉਹ ਆਪਣੇ ਸਹੀ ਸਰੂਪ ਵਾਲਾ ਸੱਤ ਸੁਹਾਣ ਸੱਤ ਸਰੂਪ ਹੈ, ਸੁਹਾਣ ਚੇਤਨ ਸਰੂਪ ਹੈ ਅਤੇ ਸਦਾ ਹੀ ਮਨ ਚਾਉ ਆਨੰਦ ਸਰੂਪ ਹੈ, ਭਾਵ ਫਿਰ ਵੀ ਸੱਤ ਚਿੱਤ ਅਤੇ ਆਨੰਦ ਸਰੂਪ ਹੈ। ਉਹ ਪ੍ਰਣਾਮਵਾਦ ਨੂੰ ਪ੍ਰਾਪਤ ਨਹੀਂ ਹੁੰਦਾ ਕਦੇ, ਉਹ ਪ੍ਰਣਾਮ ਦਾ ਬਦਲਦਾ ਨਹੀਂ, ਇੱਕ ਤੋਂ ਅਨੇਕਤਾ ਵਾਲਾ ਬਣਿਆ ਹੋਇਆ ਫਿਰ ਵੀ ਉਹ ਇੱਕੋ ਇੱਕ ਦੂਜੀ ਸਰੂਪ ਸੱਤ ਚਿੱਤ ਆਨੰਦ ਸਰੂਪ ਹੀ ਰਹਿੰਦਾ ਹੈ। ਕਵਣ ਸੋ ਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ। ਉਹਨਾਂ ਸਿੱਧਾਂ ਨੇ ਪ੍ਰਸ਼ਨ ਕੀਤਾ, ਗੁਰੂ ਨਾਨਕ ਟੱਪਾ ਜੀ, ਤਾਂ ਆਸਾ ਨੇ ਜਾਣਿਆ ਕਿ ਇਉਂ ਵਿਧਾਤਾ ਪੁਰਖ ਇੱਕੋ ਓਂਕਾਰ ਨੇ ਰਚਨਾ ਰਚਣੀ ਕੀਤੀ ਹੈ, ਆਪਣੇ ਸਰੂਪ ਤੋਂ ਤੇ ਆਪਣੇ ਰਾਹੀਂ ਇੱਕ ਤੋਂ ਅਨੇਕਤਾ ਵਾਲਾ ਹੋਇਆ ਫਿਰ ਵੀ ਇੱਕੋ ਇੱਕੋ ਦੂਤੀ ਸੱਚ ਚਿੱਤ ਆਨੰਦ ਸਰੂਪ ਹੈ, ਪਰ ਇਹ ਕਿਰਪਾ ਕਰਕੇ ਦੱਸੋ ਕਿ ਕਿਸ ਸਮੇਂ ਉਸਨੇ ਰਚਨਾ ਦੇ ਤਾਂ ਹੀ ਰਚਿਆ ਹੈ। ਸੋ ਸਿੱਧਾਂ ਦੇ ਪ੍ਰਸ਼ਨਾਂ ਦੇ ਸਤਿਗੁਰੂ ਮਹਾਰਾਜ ਇਹਨਾਂ ਟੁਕਾਂ ਵਿੱਚ ਅਨੁਵਾਦ ਕਰਦੇ ਹੈ, ਸਿੱਧਾਂ ਦੇ ਕੀਤੇ ਪ੍ਰਸ਼ਨਾਂ ਨੂੰ ਦੁਹਰਾਉਂਦੇ ਹਨ। ਕਵਣ ਸੋ ਵੇਲਾ ਬਖਸ਼ਤ ਕਵਣ, ਉਹ ਵੇਲਾ ਸਮਾਂ ਕੌਣ ਸੀ ਅਤੇ ਉਹ ਬਖਸ਼ਤ ਕਵਣ ਕੌਣ ਸੀ? ਵੇਲਾ ਰਾਤ ਵੇਲਾ ਦਿਨ ਦਾ ਅਤੇ ਬਖਸ਼ਤ ਰਾਤਰ ਦਾ, ਵਾ ਵੇਲਾ ਹਿੰਦੂ ਮਤ ਦੀ ਬੋਲੀ ਦਾ ਅਤੇ ਵਕਤ ਮੁਸਲਮਾਨ ਮਤ ਦੀ ਬੋਲੀ ਦਾ, ਇਉਂ ਵੱਖੋ ਵੱਖਰਾ ਸ਼ਬਦ ਹੈ। ਉਹ ਵੇਲਾ ਸਮਾਂ ਕੌਣ ਸੀ ਅਤੇ ਉਹ ਵਕਤ ਕਵਣ ਸੀ? ਕਵਣ ਥਿੱਤ ਪੰਦਰਾਂ ਥਿੱਤਾਂ ਵਿੱਚੋਂ ਏਕਮ ਤੋਂ ਲੈ ਕੇ ਪੁੰਨਿਆ ਜਾਂ ਅਮਰਸਿਆ ਤੱਕ ਪੰਦਰਾਂ ਥਿੱਤਾਂ ਵਿੱਚੋਂ ਥਿੱਤ ਕਵਣ ਸੀ, ਅਤੇ ਕਵਣ ਵਾਰ ਅਦਿਤੀ ਵਾਰ ਤੋਂ ਲੈ ਕਰਕੇ ਤੇ ਅਦਿਤੀ ਵਾਰ ਤੋਂ ਲੈ ਕਰਕੇ ਸ਼ਨੀਵਾਰ ਤੱਕ ਸੱਤਾਂ ਵਾਰਾਂ ਵਿੱਚੋਂ ਉਹ ਵਾਰ ਕਵਣ ਕਿਹੜਾ ਸੀ? ਕਵਣ ਸੇਵਤੀ ਮਾਹੋ ਕਵਣ, ਜਿੱਤ ਹੋ ਆਕਾਰ। ਹੇ ਨਾਥ ਜੀ, ਕਵਣ ਸੇ ਰੁੱਤੀ ਛੇ ਰੁੱਤਾਂ ਵਿੱਚੋਂ
ਬਾਰਾਂ ਮਹੀਨਿਆਂ ਦੀਆਂ ਜੋ ਦੋ ਦੋ ਮਹੀਨੇ ਦੀਆਂ ਛੇ ਰੁੱਤਾਂ ਕਥਨ ਕੀਤੀਆਂ ਹਨ, ਚੇਤਰ, ਵੈਸਾਖ, ਬਸੰਤ ਰੁੱਤ, ਜੇਠ ਤੇ ਅਸਾੜ, ਗਰੀਖਮ ਰੁੱਤ, ਗਰੀਖਮ ਰੁੱਤਿਅਤ, ਗਾਖੜੀ, ਜੇਠ, ਅਖਾੜ, ਕਾਮ ਜੀਓ, ਸਾਵਣ, ਭਾਦਰੋਂ, ਵਰਖਾ ਰੁੱਤ, ਦੂਸਰਾ ਜਿਸ ਦਾ ਨਾਮ ਪਾਵਸ ਰੁੱਤ ਹੈ, ਅਸ਼ੂ, ਕੱਤਕ, ਸਰਦ ਰੁੱਤ, ਮੱਘਰ, ਪੋਹਦਾ ਮਹੀਨਾ, ਹਿਮਕਰ ਰੁੱਤ, ਮਾਘ ਤੇ ਫਲਗੁਣ, ਸ਼ੇਸ਼ਰ ਰੁੱਤ। ਇਹਨਾਂ ਛੇ ਰੁੱਤਾਂ ਵਿੱਚੋਂ ਛੇ ਰੁੱਤੀ ਕਵਣ, ਸੋ ਰੁੱਤ ਕੌਣ ਸੀ? ਕਵਣ ਛੇ ਰੁੱਤੀ ਮਾਹ ਕਵਣ, ਤੇ ਬਾਰਾਂ ਮਹੀਨਿਆਂ ਵਿੱਚੋਂ ਉਹ ਮਾਹ ਮਹੀਨਾ ਕਵਣ ਕਿਹੜਾ ਸੀ? ਜਿੱਤ ਹੋਆ ਆਕਾਰ, ਜਿਸ ਵੇਲੇ ਵਿੱਚ, ਜਿਸ ਵਕਤ ਵਿੱਚ, ਜਿਸ ਥਿੱਤ ਵਿੱਚ, ਜਿਸ ਵਾਰ ਵਿੱਚ, ਜਿਸ ਰੁੱਤ ਵਿੱਚ, ਜਿਸ ਮਹੀਨੇ ਵਿੱਚ, ਇਹ ਸੰਸਾਰ ਦਾ, ਸ੍ਰਿਸ਼ਟੀ ਦਾ ਆਕਾਰ ਸਰੂਪ ਹੋਇਆ, ਪੈਦਾ ਹੋਇਆ ਹੈ। ਵੇਲ ਨ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ। ਵਿੱਚ ਗੁਰੂ ਨਾਨਕ ਜੀ ਮਹਾਰਾਜ ਕਥਨ ਕਰਦੇ ਹੈ ਕਿ ਨਾਥ ਜੀ ਜਿਸ ਸਮੇਂ ਵਿਧਾਤਾ ਪੁਰਖ ਨੇ ਇਸ ਸੰਸਾਰ ਦੀ ਰਚਨਾ ਨੂੰ ਰਚਿਆ ਹੈ, ਉਸ ਵੇਲੇ ਵਕਤ ਨੂੰ ਕਿਸੇ ਨੇ ਪਾਇਆ ਨਹੀਂ। ਸੋ ਕਥਨ ਕਰਦੇ ਹੈ, ਵੇਲ ਨਾ ਪਾਈਆ ਪੰਡਤੀ, ਉਹ ਰਚਨਾ ਦੀ ਉਤਪਤੀ ਦਾ ਵੇਲਾ ਸਮਾਂ, ਬਿਆਸ ਤੇ ਵਿਸ਼ਿਸ਼ਟ ਆਦਿਕ ਪੰਡਤੀ ਪੰਡਤਾਂ ਨੇ, ਵਿਦਵਾਨਾਂ ਨੇ ਵੀ ਨਾ ਪਾਈਆ, ਨਹੀਂ ਪਾਇਆ ਹੈ। ਸਿੱਧਾਂ ਨੇ ਪ੍ਰਸ਼ਨ ਕੀਤਾ ਜੀ, ਅਸਾਂ ਕਹਿੰਦੇ ਹਾਂ ਕਿ ਉਹਨਾਂ ਬਿਆਸ ਵਿਸ਼ਿਸ਼ਟਾਂ ਦੀ ਵਿਦਵਾਨਾਂ ਨੇ ਉਤਪਤੀ ਦਾ ਸਮਾਂ ਪਾ ਲਿਆ ਹੋਵੇਗਾ, ਆਪ ਕਹਿੰਦੇ ਹੋ ਨਹੀਂ ਪਾਇਆ, ਇਸ ਵਿੱਚ ਕੀ ਪ੍ਰਮਾਣ ਹੈ? ਤਾਂ ਉੱਤਰ ਵਿੱਚ ਗੁਰੂ ਨਾਨਕ ਜੀ ਉਚਾਰਨ ਕਰਦੇ ਹੈ ਕਿ ਹੇ ਨਾਥ ਜੀ, ਇਸ ਵਿੱਚ ਅਨੁਮਾਨ ਪ੍ਰਮਾਣ ਹੈ। ਕਾਰਜ ਦੁਆਰਾ ਕਾਰਨ ਦਾ ਅਨੁਮਾਨ ਕੀਤਾ ਜਾਂਦਾ ਹੈ। ਸੋ ਇੱਥੇ ਕਾਰਜ ਇਹ ਹੈ ਕਿ ਪੁਰਾਣਾਂ ਦੇ ਵਿੱਚ ਜੇ ਲੇਖ ਲਿਖਿਆ ਹੁੰਦਾ, ਇਸ ਕਾਰਜ ਦੁਆਰਾ ਇਹ ਅਨੁਮਾਨ ਹੋ ਸਕਦਾ ਸੀ ਕਿ ਉਹਨਾਂ ਨੇ ਉਤਪਤੀ ਦਾ ਵੇਲਾ ਪਾਇਆ ਹੈ। ਸੋ ਜੇ ਕਰਕੇ ਵਿਆਸ ਵਿਸ਼ਿਸ਼ਟਾ ਦੀ ਪੰਡਤਾਂ ਨੇ ਉਤਪਤੀ ਦਾ ਵੇਲਾ ਪਾਇਆ ਹੁੰਦਾ, ਜੇ ਹੋਵੇ ਲੇਖ ਪੁਰਾਣ, ਜੇ ਕਰਕੇ ਪੁਰਾਣਾਂ ਦੇ ਵਿੱਚ ਲੇਖ ਲਿਖਿਆ ਹੋਵੇ ਕਿ ਇਹ ਉਸ ਸਮੇਂ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ, ਤਾਂ ਜਾਣਿਆ ਜਾਵੇ ਕਿ ਉਹਨਾਂ ਨੇ ਉਤਪਤੀ ਦਾ ਵੇਲਾ ਪਾਇਆ ਸੀ। ਜਦ ਪੁਰਾਣਾਂ ਦੇ ਵਿੱਚ ਇਹ ਲੇਖ ਲਿਖਿਆ ਨਹੀਂ ਕਿ ਪਹਿਲਾਂ ਸ੍ਰਿਸ਼ਟੀ ਦੀ ਉਤਪਤੀ ਦਾ ਸਮਾਂ ਕਿਹੜਾ ਹੈ, ਜਿਸ ਵਾਸਤੇ ਇਹ ਲੇਖ ਨਹੀਂ ਲਿਖਿਆ, ਇਸ ਵਾਸਤੇ ਇਹ ਅਨੁਮਾਨ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਉਤਪਤੀ ਦਾ ਵੇਲਾ ਨਹੀਂ ਪਾਇਆ। ਉਹ ਪਹਿਲਾ ਸਮਾਂ ਉਤਪਤੀ ਦਾ ਕੋਈ ਸਿੱਧ ਨਹੀਂ ਹੋ ਸਕਦਾ। ਇਹ ਵਿਚਾਰ ਬਹੁਤੇ ਵਿਵਾਦ ਝਗੜੇ ਕਰਕੇ ਗ੍ਰਸਿਆ ਜਾਂਦਾ ਹੈ, ਕਿਉਂਕਿ ਪਹਿਲਾ ਸਮਾਂ ਕੋਈ ਮੰਨਿਆ ਜਾਵੇ ਕਿ ਪਹਿਲਾਂ ਉਸ ਸਮੇਂ ਰਚਨਾ ਕਰਤਾ ਪੁਰਖ ਨੇ ਕੀਤੀ ਹੈ, ਤਾਂ ਉਸ ਵਿੱਚ ਵਿਚਾਰ ਹੁੰਦਾ ਹੈ ਕਿ ਪਹਿਲੇ ਸਮੇਂ ਵਿੱਚ ਜੋ ਰਚਨਾ ਪੈਦਾ ਕੀਤੀ ਉਹ ਸਾਰੀ ਇੱਕੋ ਜਿਹੀ ਸੀ ਜਾਂ ਕਿ ਕੋਈ ਫਰਕ ਵਾਲੀ, ਵਿਖਮਤਾ ਵਾਲੀ ਸੀ।
ਇੱਕੋ ਜਿਹੀ ਤਾਂ ਕਿਸੇ ਸਮੇਂ ਕਦੇ ਰਚਨਾ ਹੋਈ ਹੀ ਨਹੀਂ ਹੈ। ਬਿਖਮਤਾ ਵਾਲੀ ਭੇਡ ਵਾਲੀ ਕੋਈ ਦੁਖੀ ਕੋਈ ਸੁਖੀ, ਇਉਂ ਬਿਖਮਤਾ ਭੇਡ ਵਾਲੀ ਹੀ ਰਚਨਾ ਸਦਾ ਹੁੰਦੀ ਹੈ। ਫਿਰ ਉਹ ਦੁਖੀ ਸੁਖੀ ਐਸਾ ਭੇਡ ਕਿਉਂ ਹੋਇਆ? ਉਹ ਕਰਮਾਂ ਕਰਕੇ ਮੰਨਿਆ ਜਾਵੇਗਾ ਤਾਂ ਉਹ ਕਰਮ ਕਿਹਦੇ ਕੀਤੇ ਸੀ ਜੀਵਾਂ ਦੇ? ਤਾਂ ਪਹਿਲਾਂ ਕੋਈ ਸ੍ਰਿਸ਼ਟੀ ਸੀ ਜਿਸਨੇ ਕਰਮ ਕੀਤੇ, ਉਹਨਾਂ ਕਰਮਾਂ ਦੇ ਅਨੁਸਾਰ ਫਿਰ ਰਚਨਾ ਕਰਤਾ ਪੁਰਖ ਨੇ ਰਚੀ। ਇਉਂ ਪਰੰਪਰਾ ਸੇ ਪ੍ਰਵਾਹ ਰੂਪ ਸੇ ਸੰਸਾਰ ਅਨਾਦੀ ਕਥਨ ਕੀਤਾ ਹੈ। ਪਹਿਲਾਂ ਉਹ ਸਮਾਂ ਕੋਈ ਸਿੱਧ ਨਹੀਂ ਹੋ ਸਕਦਾ, ਪਹਿਲੇ ਜਿਸ ਸਮੇਂ ਦੇ ਅੰਦਰ ਕਰਤਾ ਪੁਰਖ ਨੇ ਰਚਨਾ ਕੀਤੀ ਹੈ। ਇਸ ਵਾਸਤੇ ਉਹ ਵੇਲਾ ਸਮਾਂ ਬਿਆਸ ਵਿਸ਼ਿਸ਼ਟ ਆਦਿ ਪੰਡਿਤਾਂ ਵਿਦਵਾਨਾਂ ਨੇ ਵੀ ਨਹੀਂ ਪਾਇਆ ਹੈ। ਜੇ ਕਰਕੇ ਉਹਨਾਂ ਨੇ ਪਾਇਆ ਹੁੰਦਾ ਤਾਂ ਹੋਵੇ ਲੇਖ ਪੁਰਾਣ, ਪੁਰਾਣਾਂ ਦੇ ਵਿੱਚ ਲੇਖ ਹੁੰਦਾ, ਜਿਸ ਵਾਸਤੇ ਪੁਰਾਣਾਂ ਵਿੱਚ ਲੇਖ ਨਹੀਂ ਲਿਖਿਆ। ਇਸ ਵਾਸਤੇ ਜਾਣਿਆ ਜਾਂਦਾ ਹੈ ਕਿ ਪਹਿਲਾ ਉਤਪਤੀ ਦਾ ਸਮਾਂ ਉਹਨਾਂ ਪੰਡਿਤਾਂ ਨੇ ਵੀ ਨਹੀਂ ਪਾਇਆ ਹੈ। ਵਕਤ ਨ ਪਾਇਓ ਕਾਦੀਆ, ਜੇ ਲਿਖਣ ਲੇਖ ਕੁਰਾਨ। ਨਾਥ ਜੀ, ਮੁਸਲਮਾਨ ਮਤ ਦੇ ਆਗੂ ਮੁਹੰਮਦ, ਹਜ਼ਰਤ ਮੁਹੰਮਦ ਆਦਿਕ ਕਾਦੀਆਂ ਨੇ ਵੀ ਉਹ ਪਹਿਲਾ ਉਤਪਤੀ ਦਾ ਵਕਤ ਨਾ ਪਾਇਓ, ਨਹੀਂ ਪਾਇਆ ਹੈ। ਜੇਕਰ ਕਿ ਤੁਸਾਂ ਕਹੋ ਕਿ ਅਸਾਂ ਕਹਿੰਦੇ ਹਾਂ ਉਹਨਾਂ ਨੇ ਵਕਤ ਪਾਇਆ ਹੈ, ਤਾਂ ਇਉਂ ਕਾਰਜ ਦੁਆਰਾ ਕਾਰਨ ਦਾ ਅਨੁਮਾਨ ਕੀਤਾ ਜਾਂਦਾ ਹੈ। ਜੇ ਲਿਖਣ ਲੇਖ ਕੁਰਾਨ, ਜੇਕਰ ਉਹਨਾਂ ਮੁਹੰਮਦ ਆਦਿ ਕਾਜ਼ੀਆਂ ਨੇ ਉਤਪਤੀ ਦਾ ਵਕਤ ਪਾਇਆ ਹੁੰਦਾ ਤਾਂ ਕੁਰਾਨ ਲੇਖ ਲਿਖਣ, ਉਹ ਕੁਰਾਨ ਆਦਿ ਕਿਤਾਬਾਂ ਵਿੱਚ ਲੇਖ ਲਿਖਣ ਲਿਖਦੇ, ਜਿਸ ਕਰਕੇ ਕੁਰਾਨ ਆਦਿ ਕਿਤਾਬਾਂ ਵਿੱਚ ਪਹਿਲਾ ਉਤਪਤੀ ਦਾ ਵਕਤ ਕੋਈ ਲਿਖਿਆ ਨਹੀਂ। ਇਸ ਕਾਰਜ ਤੋਂ ਅਨੁਮਾਨ ਕੀਤਾ ਜਾਂਦਾ ਹੈ ਕਿ ਉਹਨਾਂ ਨੇ ਉਤਪਤੀ ਦਾ ਵਕਤ ਨਹੀਂ ਪਾਇਆ ਹੈ। ਚਿੱਤ ਵਾਰਨਾ ਜੋਗੀ ਜਾਣੈ, ਰੁੱਤ ਮਾਹੋ ਨਾ ਕੋਈ। ਤੇ ਨਾਥ ਜੀ, ਜਿਸ ਚਿੱਤ ਵਿੱਚ ਕਰਤਾ ਪੁਰਖ ਨੇ ਜਿਸ ਵਾਰ ਵਿੱਚ ਰਚਨਾ ਕੀਤੀ ਹੈ, ਜਿਸ ਰੁੱਤ ਵਿੱਚ ਰਚਨਾ ਕੀਤੀ ਹੈ, ਜਿਸ ਮਹੀਨੇ ਵਿੱਚ ਰਚਨਾ ਰਚੀ ਹੈ, ਉਸ ਚਿੱਤ ਤੇ ਉਸ ਵਾਰ ਨੂੰ ਨਾ ਜੋਗੀ ਜਾਣੈ। ਕੋਈ ਗੋਰਖ ਮਤ ਦੇ ਅਨੁਸਾਰੀ ਗੋਰਖ ਮਛਿੰਦਰੇ ਆਦਿਕ ਜੋਗੀ ਵੀ ਨਾ ਜਾਣੈ, ਨਹੀਂ ਜਾਣਦੇ ਹੈ। ਬਾ ਜੋਗੀ ਪਤੰਜਲ ਮਤ ਦੇ ਅਨੁਸਾਰੀ ਪਤੰਜਲੀ ਵੀ ਯੋਗਾ ਅਭਿਆਸ ਦੇ ਕਰਨੀ ਵਾਲੇ ਪਤੰਜਲੀ ਜੋਗੀ ਵੀ ਨਾ ਜਾਣੈ, ਨਹੀਂ ਜਾਣਦੇ ਹੈ। ਬਾ ਜੋਗੀ ਜੋਤਸੀ ਵੀ ਉਸ ਥਿੱਤ ਤੇ ਵਾਰ ਨੂੰ ਨਾ ਜਾਣੈ, ਨਹੀਂ ਜਾਣਦੇ ਹੈ। ਛੇ ਰੁੱਤਾਂ ਵਿੱਚੋਂ ਉਸ ਰੁੱਤ ਨੂੰ ਤੇ ਬਾਰਾਂ ਮਹੀਨਿਆਂ ਵਿੱਚੋਂ ਉਸ ਮਾਹ ਮਹੀਨੇ ਨੂੰ ਵੀ ਨਾ ਕੋਈ ਨਹੀਂ ਜਾਣਦਾ ਹੈ। ਜਿਸ ਚਿੱਤ ਵਿੱਚ, ਜਿਸ ਵਾਰ ਵਿੱਚ, ਜਿਸ ਰੁੱਤ ਵਿੱਚ ਤੇ ਜਿਸ ਮਹੀਨੇ ਵਿੱਚ ਪਹਿਲੇ ਕਰਤਾ ਪੁਰਖ ਨੇ ਰਚਨਾ ਕੀਤੀ ਹੈ। ਜਾ ਕਰਤਾ ਸਿਰ ਠੀਕ ਸਾਜੇ, ਆਪੇ ਜਾਣੈ ਸੋਈ। ਜਾਣੇ ਪ੍ਰਸ਼ਨ ਕੀਤਾ ਜੀ, ਫਿਰ ਕੋਈ ਜਾਣਦਾ ਵੀ ਹੈ ਉਸ ਚਿੱਤ ਵਾਰ ਨੂੰ, ਰੁੱਤ ਮਹੀਨੇ ਨੂੰ, ਵਿਹਲੇ ਵਕਤ ਨੂੰ,
ਤਾਂ ਗੁਰੂ ਨਾਨਕ ਜੀ ਉੱਤਰੋ ਉਚਾਰਨ ਕਰਦੇ ਹੈ ਨਾਥ ਜੀ ਜਾਂ ਕਰਤਾ ਸਿਰ ਠੀਕ ਸਾਜੇ ਜਾਂ ਨਾਮ ਜੋ ਕਰਤਾ ਪੁਰਖ ਵਾਹਿਗੁਰੂ ਸਾਰੀ ਸਿਰਠੀ ਸ੍ਰੀ ਨੂੰ ਸਾਰੀ ਰਚਨਾ ਨੂੰ ਸਾਜੇ ਸਾਜਦਾ ਰਚਦਾ ਹੈ ਆਪੇ ਜਾਣੇ ਸੋਈ ਸੋ ਵਿਧਾਤਾ ਪੁਰਖ ਵਾਹਿਗੁਰੂ ਆਪੇ ਹੀ ਉਸ ਥਿੱਤ ਨੂੰ ਉਸ ਵਾਰ ਨੂੰ ਉਸ ਵੇਲੇ ਵਕਤ ਨੂੰ ਉਸ ਰੁੱਤ ਤੇ ਮਹੀਨੇ ਨੂੰ ਜਾਣਦਾ ਹੈ ਕਿਉਂ ਕਰ ਆਖਾ ਕਿ ਵਿਸਾਲਾਹੀ ਕਿਉਂ ਵਰਨੀ ਕਿ ਵਿਜਾਣਾ ਹੇ ਨਾਥ ਜੀ ਉਹ ਆਪਣੀ ਗਤਮਿਤ ਨੂੰ ਆਪ ਹੀ ਜਾਣਨੇ ਵਾਲਾ ਹੈ ਤੁਮਰੀ ਗਤਮਿਤ ਤੁਮ ਹੀ ਜਾਣੀ ਹੋਰ ਜਿਤਨੀ ਜਿਤਨੀ ਕਿਸੇ ਨੂੰ ਸੋਝੀ ਵਿਚਾਰ ਬਖਸ਼ਦਾ ਹੈ ਉਹ ਆਪੋ ਆਪਣੀ ਬੁੱਧ ਦੇ ਅਨੁਸਾਰ ਕਥਨ ਕਰਦੇ ਹੈ ਆਪੇ ਆਪਣੀ ਬੁੱਧ ਹੈ ਜੇਤੀ ਵਰਨ ਚ ਭਿੰਨ ਭਿੰਨ ਤੋਹੇ ਤੇਤੀ ਸੰਪੂਰਨ ਇੰਨ ਬਿੰਨ ਆਪਣੀ ਗਤ ਮਿਤ ਨੂੰ ਜਾਣਨੇ ਵਾਲਾ ਉਹ ਵਿਧਾਤਾ ਪੁਰਖ ਆਪ ਹੀ ਹੈ ਸੋ ਸਤਿਗੁਰੂ ਮਹਾਰਾਜ ਕਥਨ ਕਰਦੇ ਹਨ ਕਿਵ ਕਰ ਆਖਾ ਕਿਵ ਸਾਲਾਹੀ ਹੇ ਨਾਥ ਜੀ ਸਲਾਹੀ ਸਲਾਹਣੇ ਯੋਗ ਪਰਮ ਪੁਰਖ ਵਾਹਿਗੁਰੂ ਦੀ ਇਸ ਵਾਰਤਾ ਨੂੰ ਕਿਵ ਕਰ ਆਖਾਂ ਕਿਸ ਤਰ੍ਹਾਂ ਕਰਕੇ ਆਖਣਾ ਕਰੀਏ ਕਿ ਕਿਵ ਕਿਸ ਤਰ੍ਹਾਂ ਉਤਪਤੀ ਕਰਦਾ ਹੈ ਇਹ ਸਾਰੇ ਅੱਖਰ ਲੱਗ ਚੁੱਕੇ ਹੇ ਨਾਥ ਜੀ ਸਲਾਹੀ ਸਲਾਹਣੇ ਯੋਗ ਪਰਮ ਪੁਰਖ ਵਾਹਿਗੁਰੂ ਦੀ ਇਸ ਵਾਰਤਾ ਨੂੰ ਕਿਵ ਕਰੇ ਆਖਾਂ ਕਿਸ ਤਰ੍ਹਾਂ ਕਰਕੇ ਆਖਣਾ ਕਰੀਏ ਕਿ ਕਿਵ ਕਿਸ ਤਰ੍ਹਾਂ ਉਤਪਤੀ ਕਰਦਾ ਹੈ ਅਤੇ ਕਿਉਂ ਵਰਣੀ ਕੈਸੇ ਵਰਣੀ ਵਰਣਨ ਕਥਨ ਕਰੀਏ ਕਿ ਕਿਸ ਤਰ੍ਹਾਂ ਉਹ ਸਭ ਦੀ ਪਾਲਣਾ ਪ੍ਰਬੰਧ ਕਰਦਾ ਹੈ ਅਤੇ ਕਿਵ ਜਾਣਾ ਕਿਸ ਤਰ੍ਹਾਂ ਜਾਣਾ ਜਾਣਨਾ ਕਰੀਏ ਕਿ ਕਿਸ ਕਾਰ ਉਹ ਲੈਟਾ ਕਰਦਾ ਹੈ ਭਾਵ ਆਪਣੀ ਗਤ ਮਿਤ ਜਿਸ ਤਰ੍ਹਾਂ ਉਹ ਰਚਨਾ ਕਰਦਾ ਹੈ ਅਤੇ ਫਿਰ ਰਚ ਕੇ ਸਭ ਦੀ ਪਾਲਣਾ ਪ੍ਰਬੰਧ ਕਰਦਾ ਹੈ ਅਤੇ ਫਿਰ ਉਹ ਆਪਣੀ ਇੱਛਾ ਅਨੁਸਾਰ ਸੁਤੰਤਰ ਪਾਤਸ਼ਾਹ ਜਿਵੇਂ ਰਚਨਾ ਦੀ ਲੈਤਾ ਪਰਲੈ ਕਰਦਾ ਹੈ ਉਹ ਇੰਨ ਬਿੰਨ ਪੂਰੀ ਰੀਤ ਮਰਿਆਦਾ ਆਪਣੀ ਗਤਮਿਤ ਨੂੰ ਆਪ ਜਾਣਦਾ ਹੈ ਹੋਰ ਦੂਸਰਾ ਕੋਈ ਜਾਣ ਨਹੀਂ ਸਕਦਾ ਹੈ ਜਦੋਂ ਆਪੇ ਠਾਠ ਕੀਆ ਬਹਿ ਕਰਤਾ ਤਦੋ ਪੁੱਛਣਾ ਸੇਵਕ ਬੀਆ ਤਦੋ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰਨਾ ਦੂਜਾ ਕੀਆ ਜਿਤਨੀ ਜਿਤਨੀ ਕਿਸੇ ਨੂੰ ਉਹ ਸਮਝ ਵਿਚਾਰ ਬਖਸ਼ਦਾ ਹੈ ਉਤਨੀ ਉਤਨੀ ਆਪੋ ਆਪਣੀ ਸਮਝ ਵਿਚਾਰ ਦੇ ਅਨੁਸਾਰ ਉਸਦੀ ਕਰਨੀ ਉਸਦੇ ਕਰਤੱਵ ਨੂੰ ਕਥਨ ਕਰਦੇ ਹਨ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਨਾਨਕ ਵੀ ਕਥਨ ਕਰਦੇ ਹੈ ਨਾਥ ਜੀ ਆਖਣ ਮੁਖ ਦੁਆਰਾ ਆਖਣ ਅਖਿਆਣਾ ਕਥਾ ਪ੍ਰਸੰਗਾਂ ਦੁਆਰਾ ਸਭ ਕੋਈ ਆਖੈ ਕਹਿੰਦਾ ਹੈ ਇੱਕ ਦੂ ਇੱਕ ਤੋਂ ਇੱਕ ਸਿਆਣਾ ਹੋ ਕਰ ਪਰ ਸੰਪੂਰਨ ਉਸਦੀ ਗਤਮਿਤ ਨੂੰ ਕੋਈ ਕਹਿ ਨਹੀਂ ਸਕਦਾ ਉਸਦੀ ਗਤਮਿਤ ਇਕੱਠ ਰੂਪ ਹੈ ਆਪਣੀ ਗਤਮਿਤ ਨੂੰ ਜਾਣਨੇ ਵਾਲਾ ਪਰਮ ਪੁਰਖ ਵਾਹਿਗੁਰੂ ਆਪ ਹੈ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਤੇ ਨਾਥ ਜੀ ਐਸੇ ਨਿਸ਼ਚੇ ਕਰੋ ਪਾਰ ਉਤਾਰੇ ਦਾ ਜਤਨੀ ਉਪਾਅ ਹੈ
ਉਹ ਸਭ ਤੋਂ ਵੱਡਾ ਸਾਹਿਬ ਹੈ, ਜਿਸ ਦੀ ਬਰਾਬਰੀ ਵਾਲਾ ਦੂਸਰਾ ਹੋਰ ਕੋਈ ਨਹੀਂ। ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸਭ ਉੱਪਰ ਵੱਡੇ ਵਡਾਉਣਾ। ਉਹ ਸਭ ਤੋਂ ਵੱਡਾ ਸਾਹਿਬ ਹੈ, ਵੱਡੀ ਉਸਦੀ ਨਾਈ ਵਡਿਆਈ ਹੈ, ਕਿਉਂਕਿ ਵੱਡੇ ਗੁਣਾਂ ਦੇ ਰੱਖਣ ਵਾਲਾ ਹੋਣੇ ਕਰਕੇ ਉਹ ਵੱਡੀ ਵਡਿਆਈ ਵਾਲਾ ਹੈ। ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਮ, ਵੱਡੀ ਵਡਿਆਈ ਜਾਂ ਨਿਹਚਲ ਥਾਉ, ਵੱਡੀ ਵਡਿਆਈ ਜਾਣ ਆਲਾਓ, ਵੱਡੀ ਵਡਿਆਈ ਬੁੱਝੇ ਸਭ ਭਾਉ। ਇਸ ਤਰ੍ਹਾਂ ਦੇ ਬੇਅੰਤ ਗੁਣਾਂ ਦੇ ਧਾਰਨ ਵਾਲਾ ਹੋਣੇ ਕਰਕੇ ਉਹ ਵੱਡੀ ਵਡਿਆਈ ਵਾਲਾ ਹੈ, ਵੱਡਾ ਸਾਹਿਬ ਹੈ, ਵੱਡੀ ਉਸਦੀ ਨਾਈ ਵਡਿਆਈ ਹੈ, ਜਿਸ ਦਾ ਕੀਤਾ ਹੋਇਆ ਸਭ ਕੁਛ ਹੋਵੇ ਹੁੰਦਾ ਹੈ। ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਸੂ ਹੈ। ਨਾਨਕ ਜੀ ਮਹਾਰਾਜ ਕਸਮ ਕਰਦੇ ਹੈ, ਨਾਥ ਜੀ ਉਸ ਵੱਡੀ ਵਡਿਆਈ ਵਾਲੇ ਵੱਡੇ ਸਾਹਿਬ ਦੀ ਐਸੀ ਮਹਿਮਾ ਵਡਿਆਈ ਨੂੰ ਨਿਸ਼ਚੇ ਕਰਕੇ ਜੋ ਉਸਦੇ ਗੁਣ ਤੇ ਵਡਿਆਈਆਂ ਨੂੰ ਗਾਉਂਦੇ ਸੁਣਦੇ ਪੜ੍ਹਦੇ ਵਿਚਾਰਦੇ ਜਪਦੇ ਅਭਿਆਸਦੇ ਹਨ, ਉਹ ਲੋਕ ਪ੍ਰਲੋਕ ਦੇ ਅੰਤਰ ਸੁਰਖਰੋਈ ਵਾਲੇ ਬਣਦੇ ਹਨ। ਗੁਰੂ ਨਾਨਕ ਜੀ ਕਥਨ ਕਰਦੇ ਹੈ, ਜੇ ਕੋ ਆਪਾ ਜਾਣੇ, ਜਿਹੜਾ ਕੋਈ ਪੁਰਖ ਆਪੋ ਆਪਣੇ ਆਪ ਨੂੰ ਸਭ ਕੁਛ ਜਾਣਨੇ ਵਾਲਾ ਜਾਣੇ, ਜਾਣਦਾ ਹੈ, ਸਮਝਦਾ ਹੈ ਕਿ ਮੈਂ ਸਭ ਕੁਛ ਜਾਣਦਾ ਹਾਂ, ਉਸਦੀ ਗਤਮਿਤ ਨੂੰ ਕਹਿ ਸਕਦਾ ਹਾਂ, ਇਉਂ ਆਪਣੇ ਆਪ ਨੂੰ ਵੱਡਪਣੀ ਵਾਲਾ ਜਣਾਉਂਦਾ ਹੈ, ਅੱਗੇ ਗਿਆ ਨਾ ਸੋ ਹੈ। ਉਹ ਅੱਗੇ ਸਾਹਿਬ ਦੇ ਦਰ ਵਿੱਚ ਪਰਲੋਕ ਦੇ ਵਿੱਚ ਗਿਆ ਹੋਇਆ ਨਾ ਸੋ ਹੈ, ਸੋ ਹੈ ਨਾ ਸੋਭਾ ਨਹੀਂ ਪਾਉਂਦਾ ਹੈ, ਭਾਵ ਉਹ ਅੱਗੇ ਗਿਆ ਹੋਇਆ ਐਸਾ ਅਹੰਕਾਰੀ ਪੁਰਖ ਸੋਭਾ ਦਾਈ ਨਹੀਂ ਪਾਵਣਾ ਕਰਦਾ ਹੈ। ਅੱਗੇ ਅਪਜਸ ਵਾਲਾ, ਖੁਆਰੀ ਤੇ ਨਿਰਾਦਰੀ ਵਾਲਾ ਹੋਵਣਾ ਕਰਦਾ ਹੈ। ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਤਾਂਤੇ ਜੋ ਗੁਰਮੁਖ ਜਨ 84 ਦਾ ਪਾਤਸ਼ਾਹ ਦੁਰਲਭ ਰੂਪ ਮੌਲਕ ਮਨੁੱਖ ਜਨਮ ਦਾ ਜੀਵਨ ਪਾਏ, ਇਸ ਜੀਵਨ ਦੀ ਸਫਲਤਾ ਲੋਕ ਪਰਲੋਕ ਦੇ ਅੰਤਰ ਸੁਰਖਰੋਈ ਦੇ ਨਿਮਿੱਤ ਗੁਰ ਪਰਮੇਸ਼ਰ ਨੂੰ ਭਾਵਨ ਵਾਲੀਆਂ ਚੰਗੀਆਂ ਲੱਗਣ ਵਾਲੀਆਂ ਕਰਨੀਆਂ ਕਰਦੇ ਹੋਏ ਕਿਰਪਾ ਮਿਹਰ ਦੇ ਪਾਤਰ ਹੋ ਕਰ ਗੁਰਮਤਿ ਦੇ ਧਾਰਨੀ ਬਣ, ਗੁਰ ਪਰਮੇਸ਼ਰ ਨੂੰ ਵੱਡੀ ਵਡਿਆਈ ਵਾਲੇ ਜਾਣ ਕਰਕੇ ਭਾਵਨਾ ਪ੍ਰੇਮ ਦੇ ਨਾਲ ਨਾਮ ਬਾਣੀ ਜਸ ਕੀਰਤਨ ਦੇ ਤਾਈ ਸੁਣਦੇ ਪੜ੍ਹਦੇ ਜਪਦੇ ਗਾਉਂਦੇ ਵਿਚਾਰਦੇ ਅਭਿਆਸ ਦੇ ਹਨ, ਉਹ ਦੁਨਾਂ ਲੋਕਾਂ ਦੇ ਅੰਤਰ ਪੂਰਨ ਸੋਭਾ ਵਾਲੇ ਬਣੇ ਹੋਏ ਸੋਭਾ ਜੂ ਹੋਏ। ਉਹਨਾਂ ਦੀ ਸੋਭਾ ਦੁਨਾਂ ਲੋਕਾਂ ਦੇ ਅੰਤਰ ਹੁੰਦੀ ਹੈ, ਅਗਿਆਨ ਤੇ ਕਰਮਾਂ ਦੇ ਬੰਧਨਾਂ ਤੋਂ ਛੁਟਕਾਰਾ ਪਾਏ, ਵਾਹਿਗੁਰੂ ਦੇ ਪਵਿੱਤਰ ਪਾਵਨ ਸਰੂਪ ਨੂੰ ਪਾਵਣਾ ਕਰਦੇ ਹਨ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਗਾ ਹੋਵੇ, ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਸੂ ਹੈ। ਸਾਲਾ ਪਾਤਾਲ ਲੱਖ ਆਗਾਸ ਆਗਾਸ,
ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰਹ ਕਹਿਣ ਕਤੇਬਾ ਅਸਲੀ ਇੱਕ ਤਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਪਾਤਾਲਾ ਪਾਤਾਲ ਲੱਖ ਆਗਾਸ ਆਗਾਸ ਗਰੀਬ ਨਿਵਾਗ ਸਰਬ ਸ਼ਕਤੀਆਂ ਦੇ ਮਾਲਕ ਸਰਬ ਜਗਤ ਬੋਲ ਹਰ ਕਰਤਾ ਪਟਕ ਪਾਵਨ ਜਗਤ ਗੁਰੂ ਨਿਮਾਣਿਆਂ ਦੇ ਮਾਣ ਮਿਟਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗਤਿਆਂ ਦੀ ਗਤ ਨਿਪਟਿਆਂ ਦੀ ਪਟ ਨਿਧਿਰਿਆਂ ਦੀ ਧਿਰ ਨਿਆਸਰਿਆਂ ਦੇ ਆਸਰੇ ਨਿਠਾਵਿਆਂ ਦੇ ਠਾਵ ਕਰਣਾ ਨਿਧਾਨ ਕਰਮ ਕਿਰਪਾਲ ਜਾਹਰ ਪੀਰ ਜਗਤ ਗੁਰ ਬਾਬਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਸ ਸਮੇਂ ਰਾਵੀ ਕਿਨਾਰੇ ਬੈਕੁੰਠ ਧਾਮ ਰੂਪ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਗੁਰਤਾ ਸਿੰਘਾਸਣ ਪਰ ਵਿਰਾਜਵਾਨ ਹੋਏ ਆਪਣੇ ਪਵਿੱਤਰ ਪਾਵਨ ਦਰਸ਼ਨ ਤਥਾ ਉਪਦੇਸ਼ ਦੇ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਅਨੇਕਾਂ ਬੜਭਾਗੇ ਜਨ ਮਹਾਨੀ ਉਪਕਾਰੀ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਵਲਾਂ ਦੀ ਸ਼ਰਨ ਵਿਖੇ ਪ੍ਰਾਪਤ ਹੋ ਲੋਕ ਪ੍ਰਲੋਕ ਦੇ ਸੁੱਖਾਂ ਨੂੰ ਪਾਏ ਕਰਕੇ ਵਰੋਸਾਏ ਰਹੇ ਸਨ। ਉਸ ਸਮੇਂ ਸਤਿਗੁਰੂ ਅੰਗਦ ਸਾਹਿਬ ਜੀ ਆਦਿ ਗੁਰਮੁਖਾਂ ਦੇ ਪੁੱਛਣੇ ਪਰ ਸੁਮੇਰ ਪਰਬਤ ਪਰ ਪਹੁੰਚ ਕਰ ਸਿੱਧਾਂ ਦੇ ਪਰਸ਼ਨਾਂ ਦੇ ਉੱਤਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੋ ਪਵਿੱਤਰ ਪਾਵਨ ਮਹਾਂ ਮੰਤਰ ਰੂਪ ਜਪਜੀ ਸਾਹਿਬ ਬਾਣੀ ਦਾ ਉਚਾਰਨ ਕਰਿਆ ਸੀ, ਫਿਰ ਦੂਸਰੀ ਵਾਰ ਸ੍ਰੀ ਕਰਤਾਰਪੁਰ ਸਾਹਿਬ ਜੀ ਵਿਖੇ ਮਹਾਰਾਜ ਨੇ ਸਰਵਣ ਕਰਵਾਇਆ ਹੈ। ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਕਥਨ ਕਰਦੇ ਹਨ, ਹੇ ਭਾਈ ਪਿਆਰੇ ਗੁਰਮੁਖ ਜਨ ਪੂਰਬੀ ਉਕਤ ਪਰਮ ਤੱਤ ਦੇ ਵਿਚਾਰ ਨੂੰ ਸਰਵਣ ਕਰ। ਇੱਕ ਓਂਕਾਰ ਸਰਬ ਦਾ ਪ੍ਰਕਾਸ਼ਕ ਜੋ ਇੱਕ ਅਦੁੱਤੀ ਸਰੂਪ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਸਰੂਪ ਹੈ, ਬੇਅੰਤ ਹੁਕਮ ਵਾਲਾ ਬੇਅੰਤ ਤਾਣ ਵਾਲਾ ਸੱਚੀ ਸਾਹਿਬ ਸਾਹਿਬੀ ਦਾ ਮਾਲਕ ਸੱਚਾ ਸਾਹਿਬ ਅੰਮ੍ਰਿਤ ਵੇਲੇ ਸੱਚ ਨਾਮ ਦੇ ਸਿਮਰਨ ਕੀਤਿਆਂ ਪ੍ਰਾਪਤ ਹੋਣੇ ਯੋਗ ਜਸ ਕੀਰਤਨ ਵਾਲੇ ਬੋਲਾਂ ਨੂੰ ਹਰੀ ਜਨ ਭਗਤ ਦੇ ਮੁਖ ਤੋਂ ਸੁਣ ਕੇ ਪਿਆਰ ਧਾਰਨੇ ਵਾਲਾ ਨਾਦੀ ਬਿੰਦੀ ਭਾਵ ਤੋਂ ਰਹਿਤ ਸਦਾ ਸੁਤੰਤਰ ਸ਼ੁੱਧ ਸਰੂਪ ਗੁਰੂ ਦੀ ਮਤ ਵਾਲੇ ਬਣ ਕੇ ਗਾਵਿਆਂ ਸੁਣਿਆ ਮਨਨ ਕੀਤਿਆਂ ਪ੍ਰਾਪਤ ਹੋਣੇ ਯੋਗ ਜਿਨ੍ਹਾਂ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ ਹੈ ਅਧਿਕਾਰੀ ਜਨਾਂ ਨੂੰ ਉਹ ਪੂਰਨ ਸਤਿਗੁਰੂ ਜਿਨ੍ਹਾਂ ਸਤਿਗੁਰਾਂ ਵਿੱਚ ਉਸ ਵਾਹਿਗੁਰੂ ਨੇ ਆਪਣਾ ਆਪ ਰੂਪ ਰੱਖਿਆ ਹੈ
ਸਰਬ ਦੇਵ ਦੇਵੀਆਂ ਦੇ ਗੁਣਾਂ ਨੂੰ ਧਾਰਨ ਵਾਲੇ ਹੋਣੇ ਕਰਕੇ ਸਰਬੱਤ ਗੁਣਾਂ ਦੇ ਭੰਡਾਰ ਸਰਬ ਦੇਵਾਂ ਦੇ ਦੇਵ ਰੂਪ ਹਨ। ਤਿਨਾ ਉਪਕਾਰੀ ਸਤਿਗੁਰ ਏਕਤਾ ਵਾਲੀ ਸਿੱਖਿਆ ਜਿਨ੍ਹਾਂ ਗੁਰਮੁਖਾਂ ਨੂੰ ਸਮਝਾਈ ਹੈ, ਉਹਨਾਂ ਨੇ ਉਸ ਪਰਮ ਪੁਰਖ ਵਾਹਿਗੁਰੂ ਨੂੰ ਆਪਣਾ ਆਪ ਰੂਪ ਨਿਸ਼ਚੇ ਕੀਤਾ ਹੈ, ਜੋ ਕਦੇ ਫਿਰ ਭੁੱਲਦਾ ਅਤੇ ਵਿਛੜਦਾ ਨਹੀਂ ਹੈ। ਐਸੇ ਵਾਹਿਗੁਰੂ ਦੇ ਪਵਿੱਤਰ ਪਾਵਨ ਪਾਣੀ ਵਿੱਚ ਪ੍ਰਸੰਨ ਰਹਿਣ ਦੀ ਮਹਿਮਾ ਸਰਵਣ ਕਰ। ਉਸ ਵਾਹਿਗੁਰੂ ਦੀ ਨਾਮ ਬਾਣੀ ਦੇ ਪਿਆਰ ਤੋਂ ਬਿਨਾਂ, ਉਸ ਦੇ ਪਾਣੀ ਵਿੱਚ ਪ੍ਰਸੰਨ ਹੋ ਕਰ ਰਹੇ ਤੋਂ ਬਿਨਾਂ, ਸਰਬਦਾਤਾ ਦੇ ਦੇਣ ਵਾਲੇ ਦਾਤੇ ਦੇ ਸ਼ੁਕਰਾਨੇ ਧੰਨਵਾਦ ਤੋਂ ਬਿਨਾਂ, ਹੋਰ ਅਨੇਕ ਪ੍ਰਕਾਰ ਦੇ ਮਾਇਕ ਪਦਾਰਥਾਂ ਦੀ ਰਚਨਾ ਦਾ ਹੋ ਜਾਣਾ ਵੀ ਲੋਕ ਪ੍ਰਲੋਕ ਦੇ ਅੰਤਰ ਖੁਆਰੀ ਦਾ ਹੀ ਕਾਰਨ ਬਣਦਾ ਹੈ। ਐਸੇ ਵਾਹਿਗੁਰੂ ਦੇ ਪਵਿੱਤਰ ਪਾਵਨ ਨਾਮ ਦੇ ਸਰਵਣ ਕਰਨ ਦੀ, ਮਨਨ ਕਰਨ ਦੀ, ਨਿਧਿਆਸਨ ਦੀ ਮਹਿਮਾ ਨੂੰ ਸਰਵਣ ਕਰ। ਬੇਅੰਤ ਸ਼ਕਤੀਆਂ ਦੇ, ਕੁਦਰਤਾਂ ਦੇ ਮਾਲਕ ਵਾਹਿਗੁਰੂ ਦੀ ਸ਼ਾਂਤਕ ਸ਼ਕਤੀ ਵਾਲੀ ਰਚਨਾ ਦੀ ਬੇਅੰਤਤਾ ਅਤੇ ਤਾਮਸੀ ਸ਼ਕਤੀ ਵਾਲੀ ਰਚਨਾ ਦੀ ਬੇਅੰਤਤਾ ਸਰਵਣ ਕਰ। ਅਣਗਿਣਤ ਨਾਵ ਅਤੇ ਥਾਵ ਸਰਵਣ ਕਰ। ਨਾਮ ਦੁਆਰਾ ਹੀ ਮਲ ਬਖੇ ਪਾਦ ਪਾਪਾਂ ਦੀ ਵਿਰਤੀ ਹੋ ਕੇ ਬੁੱਧ ਵਿਰਤੀ ਦੀ ਪਵਿੱਤਰਤਾ ਹੋ ਕਰ ਸੱਚ ਸਰੂਪ ਨੂੰ ਨਿਸ਼ਚੇ ਕਰਨ ਵਾਲੀ ਮਤ ਨਿਸ਼ਚੇ ਕਰ। ਪੁਨਾ ਕਾਮਨਾ ਵਾਲੇ ਕਰਮਾਂ ਦੇ ਕਰਿਆਂ ਆਵਾਗਮਨ ਦੀ ਪ੍ਰਾਪਤੀ ਗੁਰ ਪਰਮੇਸ਼ਰ ਦੀ ਨਿਮਿੱਤ ਨਿਸ਼ਕਾਮਤਾ ਵਾਲੇ ਹੋ ਕੇ ਕਰਮਾਂ ਨੂੰ ਕਰਦਿਆਂ ਅੰਤਾ ਕਰਨ ਦੀ ਪਵਿੱਤਰਤਾ ਦੁਆਰਾ ਗੁਰਮਤ ਵਾਲੇ ਬਣ ਕੇ ਸੁਣਿਆ ਮੰਨਿਆ ਅਤੇ ਵਾਰ ਵਾਰ ਨਿਧਿਆਸਨ ਕੀਤਿਆਂ ਉਸ ਪਵਿੱਤਰ ਪਾਵਨ ਵਾਹਿਗੁਰੂ ਦੇ ਸਰੂਪ ਨੂੰ ਗੁਰਮੁਖੀ ਅਨੁਭਵ ਕਰਦਾ ਹੋਇਆ ਪੂਰਨ ਜੀਵਨ ਮੁਕਤ ਅਵਸਥਾ ਦੇ ਆਨੰਦ ਨੂੰ ਪ੍ਰਾਪਤ ਹੁੰਦਾ ਹੈ। ਐਸੇ ਏਕਤਾ ਵਾਲੇ ਦ੍ਰਿੜ ਗਿਆਨ ਦਾ ਸਾਧਨ ਮੁੱਖ ਭਾਵ ਭਗਤੀ ਵਾਲੀ ਕਰਨੀ ਸਰਵਣ ਕਰ। ਉਸ ਕਰਤਾ ਪੁਰਖ ਵਾਹਿਗੁਰੂ ਜੀ ਗਤ ਮਿਤ ਨੂੰ ਉਹ ਆਪ ਹੀ ਜਾਣਦਾ ਹੈ, ਜਿਵੇਂ ਰਚਨਾ ਦੀ ਉਤਪਤੀ ਪਾਲਣਾ ਅਤੇ ਲੈਤਾ ਕਰਦਾ ਹੈ। ਦੂਸਰਾ ਉਸ ਤੋਂ ਭਿੰਨ ਵਿੱਚ ਕੋਈ ਉਸਦੀ ਗਤ ਮਿਤ ਨੂੰ ਇੰਨ ਭਿੰਨ ਰੂਪ ਕਰਕੇ ਜਾਣ ਨਹੀਂ ਸਕਦਾ ਹੈ। ਜਿਹੜਾ ਕੋਈ ਆਪਣੇ ਆਪ ਨੂੰ ਜਾਣਨ ਵਾਲਾ ਵੱਡਪੁਣੇ ਵਾਲਾ ਸਮਝਦਾ ਹੈ, ਅੱਗੇ ਸਾਈਂ ਦੀ ਦਰਗਾਹ ਵਿੱਚ ਗਿਆ ਹੋਇਆ ਸ਼ੋਭਾ ਨੂੰ ਨਹੀਂ ਪਾ ਸਕਦਾ ਹੈ। ਉਹ ਆਪਣੀ ਗਤਮਿਤ ਨੂੰ ਜਾਣਨੇ ਵਾਲਾ ਆਪ ਹੀ ਬੇਅੰਤ ਰਚਨਾ ਦਾ ਮਾਲਕ ਵਾਹਿਗੁਰੂ ਬੇਅੰਤ ਸਰੂਪ ਆਪਣੇ ਆਪ ਨੂੰ ਅਤੇ ਆਪਣੀ ਰਚਨਾ ਨੂੰ ਜਾਣਨੇ ਵਾਲਾ ਹੈ। ਐਸੇ ਪੂਰਨ ਪਰਮ ਤੱਤ ਦੇ ਵਿਚਾਰ ਨੂੰ ਸਰਵਣ ਕਰ। ਉਹਨਾਂ ਸਿੱਧਾਂ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਾਸੇ ਪ੍ਰਸ਼ਨ ਕੀਤਾ ਕਿ ਹੇ ਦੀਨ ਦਿਆਲ ਗੁਰੂ ਨਾਨਕ ਤਪਾ ਜੀ, ਕਰਤਾ ਪੁਰਖ ਵਾਹਿਗੁਰੂ ਦੀ ਰਚੀ ਹੋਈ ਇਸ ਸੰਸਾਰ ਰਚਨਾ ਦੇ ਅੰਤਰ ਸੱਤ ਪਤਾਲ ਅਤੇ ਸੱਤ ਆਕਾਸ਼ 14 ਲੋਕ ਕਥਨ ਕੀਤੇ ਹਨ, ਸੋ ਇਤਨੇ ਹੀ ਅੰਦਾਜ਼ੇ ਵਾਲੀ ਗਿਣਤੀ ਵਾਲੀ ਇਹ ਰਚਨਾ ਹੈ। ਫਿਰ ਰਚਨਾ ਦੇ ਅੰਤ ਰੂਪ ਕੈਸੇ ਹੋਈ,
ਇਸ ਪਰਸ਼ਨ ਨੂੰ ਸਰਵਣ ਕਰ ਉੱਤਰ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਬੇਅੰਤ ਰੂਪ ਕਰਤੇ ਪੁਰਖ ਦੀ ਰਚਨਾ ਦੀ ਬੇਅੰਤਤਾ ਜਣਾਉਂਦੇ ਹੋਏ ਆਈਵੀਂ ਪੌੜੀ ਵਿਖੇ ਪੂਰਨ ਪਰਮ ਤੱਤ ਦਾ ਉਪਦੇਸ਼ ਉਚਾਰਨ ਕਰਦੇ ਹਨ। ਪਾਤਾਲ ਪਾਤਾਲ ਲੱਖ ਆਗਾਸਾ ਆਗਾਸ ਹੇ ਨਾਥ ਜੀ ਪਾਤਾਲਾਂ ਦਰ ਲੱਖਾਂ ਹੀ ਹੋਰ ਪਾਤਾਲ ਹਨ ਤੇ ਆਕਾਸ਼ਾਂ ਦੇ ਉੱਪਰ ਲੱਖਾਂ ਹੀ ਹੋਰ ਆਕਾਸ਼ ਹਨ। ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਪਾਲ ਪਤਾਲਾਂ ਦੇ ਸੰਬੰਧ ਵਾਲੇ ਨੀਚੇ ਦੇ ਲੋਕਾਂ ਦੇ ਅੰਤਰ ਹੋਰ ਨੀਚੇ ਅਨੇਕਾਂ ਪਤਾਲ ਲੋਕ ਹਨ। ਆਕਾਸ਼ ਉੱਪਰਲੇ ਆਕਾਸ਼ ਦੇ ਸੰਬੰਧ ਵਾਲੇ ਉੱਪਰਲੇ ਲੋਕਾਂ ਪਰ ਲੱਖਾਂ ਹੋਰ ਆਕਾਸ਼ ਉੱਪਰਲੇ ਲੋਕ ਹਨ। ਓੜਕ ਓੜਕ ਭਾਲ ਸਕੇ ਪਤਾਲਾਂ ਦੇ ਓੜਕ ਨੂੰ ਕੀ ਭਾਲਣ ਵਾਲੇ ਭਾਲ ਕੇ ਥੱਕ ਗਏ ਹਨ। ਆਕਾਸ਼ਾਂ ਦੇ ਓੜਕ ਅੰਤ ਨੂੰ ਵੀ ਭਾਲਣ ਵਾਲੇ ਭਾਲ ਕੇ ਥੱਕੇ ਥੱਕ ਗਏ ਹਨ। ਮਾਂ ਬੜੇ ਓੜਕ ਨੂੰ ਕਰਕੇ ਬਹੁਤੇ ਜਤਨ ਉਪਾਅ ਨੂੰ ਕਰਕੇ ਪਤਾਲਾਂ ਦੇ ਤੇ ਆਕਾਸ਼ਾਂ ਦੇ ਓੜਕ ਨੂੰ ਅਖੀਰ ਅੰਤ ਨੂੰ ਭਾਲ ਕੇ ਥੱਕੇ ਥੱਕ ਗਏ ਹਨ। ਪਰ ਉਹਨਾਂ ਪਤਾਲਾਂ ਤੇ ਆਕਾਸ਼ਾਂ ਦੇ ਓੜਕ ਨੂੰ ਅੰਤ ਨੂੰ ਲੱਭ ਨਹੀਂ ਸਕੇ ਹਨ। ਵੇਦ ਕਹਿਣ ਇੱਕ ਵਾਤ ਐਸੇ ਉਸਦੀ ਬੇਅੰਤਤਾ ਹੋਰ ਵੀ ਕੋਈ ਕਥਨ ਕਰਦਾ ਹੈ ਤਾਂ ਗੁਰੂ ਨਾਨਕ ਜੀ ਕਥਨ ਕਰਦੇ ਹਨ ਕਿ ਹੇ ਨਾਥ ਜੀ ਚਾਰੇ ਯੁੱਗਾਂ ਦੇ ਧਰਮ ਨੂੰ ਕਥਨ ਕਰਨ ਵਾਲੇ ਜੋ ਚਾਰ ਵੇਦ ਹਨ ਸਾਮ ਵੇਦ ਰਿਗ ਵੇਦ ਯਜੁਰ ਵੇਦ ਤੇ ਅਥਰਵਣ ਵੇਦ ਅੱਗੇ ਸਹਿਸ ਅਠਾਰ ਹੈ ਕਹਿਣ ਕਿਤੇਬਾ ਅਸਲੂ ਇੱਕ ਧਾਤ ਨਾਥ ਜੀ ਮੁਸਲਮਾਨੀ ਮਤ ਦੇ ਮੰਨੇ ਅਠਾਰਾਂ ਹਜ਼ਾਰ ਆਲਮ ਪੂਰਨ ਵਿਦਵਾਨ ਆਲਮ ਫਾਜ਼ਲ ਤੇ ਮੁਸਲਮਾਨੀ ਮਾਨ ਦੇ ਕਥਨ ਕਰਨ ਵਾਲੀਆਂ ਅੰਜੀਲ ਜੰਬੂਰ ਤੌਰੇਤ ਕੁਰਾਨ ਆਦਿਕ ਚਾਰੇ ਕਿਤਾਬਾਂ ਦਾ ਹਿੰਦੂ ਮਤ ਦੇ ਮੰਨੇ ਮਨੀਕ ਸਾਹਸ ਹਜ਼ਾਰਾਂ ਲਿਖੀ ਲੋਕ ਅਠਾਰਾਂ ਪੁਰਾਣ ਚਾਰੇ ਵੇਦ ਕਿਤਾਬਾਂ ਸਤਾਈ ਸਿਮਰਤੀਆਂ ਆਦਿਕ ਇੱਕ ਬਾਤ ਕਹਿਣ ਤੇ ਸਾਰੇ ਧਾਰਮਿਕ ਪੁਸਤਕ ਇਸ ਇੱਕ ਬਾਤ ਬਚਨ ਦੇ ਤਾਂ ਹੀ ਕਹਿਣ ਕਹਿੰਦੇ ਹਨ ਕਿ ਅਸਲੀ ਇੱਕ ਧਾਤ ਉਸ ਪਰਮ ਪੁਰਖ ਵਾਹਿਗੁਰੂ ਦੀ ਮਾਇਆ ਸ਼ਕਤੀ ਰੂਪ ਕੁਦਰਤ ਰੂਪ ਅਸ ਘੋੜੀ ਦੇ ਇੱਕ ਲੂੰ ਰੋਮ ਵਿੱਚ ਉਸ ਪਰਮ ਪੁਰਖ ਵਾਹਿਗੁਰੂ ਦੀ
ਧਾਤ ਮਾਇਆ ਸ਼ਕਤੀ ਰੂਪ ਅਸ਼ ਘੋੜੀ ਦੇ ਲੂੰ ਇੱਕ ਰੋਮ ਵਿੱਚ ਐਸੇ ਲੱਖਾਂ ਆਕਾਸ਼ਾਂ ਪਤਾਲਾਂ ਦੀ ਕੋਟਾਂ ਕੋਟ ਮੰਡਾਂ ਦੀ ਰਚਨਾ ਹੈ ਜਿਸ ਦਾ ਕੋਈ ਅੰਤ ਨਹੀਂ ਪਾਏ ਸਕਦਾ ਹੈ। ਲਿਖਾ ਹੋਏ ਤਾਂ ਲਿਖੀਐ ਲਿਖੈ ਹੋਏ ਵਿਨਾਸ਼। ਇਸ ਵਾਸਤੇ ਹੇ ਨਾਥ ਜੀ ਉਹ ਬੇਅੰਤ ਰੂਪ ਕਰਤਾ ਪੁਰਖ ਦੀ ਰਚਨਾ ਵੀ ਬੇਅੰਤ ਹੈ ਜਿਸ ਦਾ ਕੋਈ ਲੇਖਾ ਲਿਖ ਨਹੀਂ ਸਕਦਾ, ਕਿਉਂਕਿ ਜੇ ਕਰਕੇ ਲੇਖਾ ਹੋ ਸਕੇ ਤਾਂ ਲਿਖਣ ਦੁਆਰਾ ਲਿਖੀਆ ਲਿਖਣਾ ਕਰੀਏ। ਸੋ ਲੇਖਾ ਲਿਖਿਆ ਨਹੀਂ ਜਾ ਸਕਦਾ, ਕਿਉਂਕਿ ਲੇਖਾ ਜੋ ਲੇਖੇ ਜੇ ਲਿਖਣੀ ਵਾਲਾ ਹੈ ਹੋਏ ਵਿਨਾਸ਼। ਉਹ ਲਿਖਣੀ ਵਾਲਾ ਵੀ ਵਿਨਾਸ਼ ਹੋਏ ਆਪ ਨਾਸ਼ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਪਰ ਉਸ ਦੀ ਰਚਨਾ ਦਾ ਲੇਖਾ ਸੰਪੂਰਨ ਲਿਖ ਨਹੀਂ ਸਕਦਾ, ਲੇਖਾ ਉੱਥੇ ਦੀ ਉੱਥੇ ਹੀ ਰਹਿ ਜਾਂਦਾ ਹੈ। ਲੇਖੇ ਦੇ ਲਿਖਣੀ ਵਾਲਾ ਆਪ ਹੀ ਨਾਸ਼ ਹੋ ਜਾਂਦਾ ਹੈ। ਨਾਨਕ ਵੱਡਾ ਆਖੀਐ ਆਪੇ ਜਾਣੈ ਆਪ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਥਨ ਕਰਦੇ ਹੈ ਤਾਂਤੇ ਨਾਥ ਜੀ ਜੋ ਪਰਮ ਪੁਰਖ ਵਾਹਿਗੁਰੂ ਸਰਬ ਦਾ ਪ੍ਰਕਾਸ਼ਕ ਇੱਕ ਓਂਕਾਰ ਸਾਰੇ ਵੱਡਿਆਂ ਤੋਂ ਵੱਡਾ ਆਖੀਐ ਕਹੀ ਜਾ ਹੈ ਆਪੇ ਜਾਣੈ ਆਪ। ਉਹ ਆਪ ਨੂੰ ਆਪਣੇ ਸ਼ੁੱਧ ਸੱਚ ਦਾ ਆਨੰਦ ਸਰੂਪ ਨੂੰ ਤੇ ਆਪ ਆਪਣੀ ਰਚੀ ਹੋਈ ਰਚਨਾ ਨੂੰ ਆਪੇ ਜਾਣਾ, ਆਪੇ ਹੀ ਸੰਪੂਰਨ ਰੂਪ ਕਰਕੇ ਇਦੰਤਾ ਰੂਪ ਕਰਕੇ ਕਿ ਇਤਨੀਕ ਹੀ ਇਹ ਰਚਨਾ ਇਉਂ ਆਪੇ ਹੀ ਜਾਣਾ ਜਾਣਦਾ ਹੈ। ਦੂਸਰਾ ਹੋਰ ਕੋਈ ਪੂਰਨ ਰੂਪ ਕਰਕੇ ਜਾਣਨੇ ਵਾਲਾ ਨਹੀਂ ਹੈ। ਐਸੇ ਰਚਨਾ ਦੇ ਕਰਤਾ ਜੋ ਉਸ ਦੀ ਰਚਨਾ ਦੀ ਬੇਅੰਤਤਾ ਸਰਵਣ ਕਰ ਪੁਨਾ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਹੋ ਜੀਨ ਦਿਆਲ ਗੁਰੂ ਨਾਨਕ ਜੀ ਅਸਾਂ ਕਿਸ ਦੇ ਤਾਂ ਜਾਣਨਾ ਕਰੀਏ, ਇਸ ਰਚਨਾ ਦੇ ਵਿੱਚ ਲਖਣੇ ਜਾਣਨੇ ਯੋਗ ਕੌਣ ਵਸਤੂ ਹੈ। ਤਾਂਤਰ ਵਿੱਚ ਗੁਰੂ ਨਾਨਕ ਜੀ ਮਹਾਰਾਜ ਸਰਬ ਰਚਨਾ ਦਾ ਕਰਤਾ ਸਰਬ ਆਧਾਰ ਸਰਬ ਦਾ ਤੱਤ ਰੂਪ ਜੋ ਪਰਮ ਪੁਰਖ ਵਾਹਿਗੁਰੂ ਹੈ ਉਹੀ ਲਖਣੇ ਜਾਣਨੇ ਯੋਗ ਜਾਣਦੇ ਹੋਏ ਉਚਾਰਨ ਕਰਦੇ ਹਨ। ਪਾਤਾਲਾਂ ਪਾਤਾਲ ਲੱਖ ਹੇ ਨਾਥ ਜੀ, ਜੋ ਪਾਤਾਲਾਂ ਦਾ ਕੀ ਪਾਤਾਲ ਰੂਪ ਹੈ, ਭਾਵ ਨੀਚੇ ਜੇ ਪਤਾਲ ਆਦਿਕ ਲੋਕਾਂ ਦਾ ਕੀ ਜੋ ਔੜਕ ਅਵਧੀ ਅਖੀਰ ਰੂਪ ਹੈ, ਜਿਸ ਦੇ ਸਰੂਪ ਤੋਂ ਪਰੇ ਹੋਰ ਕੋਈ ਪਤਾਲ ਆਦਿਕਾਂ ਦੀ ਰਚਨਾ ਨਹੀਂ ਹੈ, ਤੇ ਆਕਾਸ਼ਾਂ ਦਾ ਕੀ ਜੋ ਆਕਾਸ਼ ਰੂਪ ਹੈ ਉਸ ਐਸੇ ਸਰੂਪ ਦੇ ਤਾਂ ਹੀ ਸਰਵ ਰਚਨਾ ਦੇ ਆਧਾਰ ਅਵਧੀ ਰੂਪ ਪਰਮ ਪੁਰਖ ਵਾਹਿਗੁਰੂ ਜੀ ਦੇ ਤਾਂ ਹੀ ਲੱਖ ਲਖਣਾ ਕਰੀਏ ਜਾਣਨਾ ਕਰੀਏ। ਓੜਕ ਓੜਕ ਪਾਲ ਸਕੇ
ਵੇਦ ਕਹਿਣ ਇੱਕ ਵਾਤ। ਨਾਥ ਜੀ, ਇਸ ਲੋਕ ਦੀ ਰਚਨਾ ਤੋਂ ਲੈ ਕਰਕੇ ਸਾਰੇ ਬ੍ਰਹਿਮੰਡ ਦੀ ਰਚਨਾ ਦੇ ਸੁੱਖ ਦਾ ਆਨੰਦ ਦਾ ਓੜਕ ਅਖੀਰ ਜੋ ਸੁਰਨ ਗਰਭ ਦੇ ਲੋਕ ਦਾ ਸੁੱਖ ਹੈ, ਇਸ ਬ੍ਰਹਿਮੰਡ ਦੀ ਰਚਨਾ ਦੇ ਸੁੱਖ ਆਨੰਦ ਇਸ ਲੋਕ ਦੀ ਰਚਨਾ ਦੇ ਆਨੰਦ ਦਾ ਜੋ ਓੜਕ ਹੈ, ਸੋ ਉਸ ਸੰਪੂਰਨ ਆਨੰਦ ਦਾ ਓੜਕ ਅਖੀਰ ਜੋ ਹਿਰਨ ਗਰਭ ਦੇ ਲੋਕ ਦਾ ਬ੍ਰਹਮ ਲੋਕ ਦਾ ਸੁੱਖ ਹੈ, ਸੋ ਉਸਦੇ ਤਾਂ ਹੀ ਭਾਲ ਥੱਕੇ ਖੋਜ ਕਰਕੇ ਸਾਰੇ ਖੋਜਣੇ ਵਾਲੇ ਥੱਕੇ ਥੱਕ ਗਏ ਹਨ। ਇਸ ਲੋਕ ਦੀ ਰਚਨਾ ਦੇ ਆਨੰਦ ਦਾ ਓੜਕ ਜੋ ਹਿਰਨ ਗਰਭ ਦੇ ਲੋਕ ਦਾ ਸੁੱਖ ਹੈ, ਉਸ ਸੁੱਖ ਦਾ ਕੀ ਓੜਕ ਅਖੀਰ ਅੰਤ ਰੂਪ ਜੋ ਪਰਮ ਪੁਰਖ ਵਾਹਿਗੁਰੂ ਦੇ ਸਰੂਪ ਦਾ ਸੁੱਖ ਹੈ, ਉਸਨੂੰ ਭਾਲ ਭਾਲਣੇ ਵਾਲੇ ਖੋਜਣੇ ਵਾਲੇ ਖੋਜੀ ਜਨ ਥੱਕੇ ਥੱਕ ਗਏ ਹੈ। ਪੂਰੇ ਗੁਰਾਂ ਦੀ ਮੱਤ ਤੋਂ ਬਿਨਾਂ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਹੈ। ਵੇਦ ਕਹਿਣ ਇੱਕ ਵਾਤ, ਚਾਰੇ ਵੇਦ ਤੇ ਸਾਹਸ ਅਠਾਰਾਂ ਕਹਿਣ ਕਿਤਾਬਾਂ, ਅਠਾਰਾਂ ਹਜ਼ਾਰ ਆਲਮ ਮੁਸਲਮਾਨੀ ਮੱਤ ਦੇ ਮੰਨੇ ਹੋਏ ਪੂਰਨ ਵਿਦਵਾਨ ਆਲਮ ਫਾਜ਼ਲ ਮੁਸਲਮਾਨੀ ਮਾਨ ਨੂੰ ਕਥਨ ਕਰਨੇ ਵਾਲੀਆਂ ਚਾਰੇ ਕਿਤਾਬਾਂ, ਵਾ ਹਿੰਦੂ ਮੱਤ ਦੇ ਹਜ਼ਾਰਾਂ ਹੀ ਮਹਾਂ ਲਿਖੀ ਲੋਕ, ਅਠਾਰਾਂ ਪੁਰਾਣ ਕਿਤਾਬਾਂ ਸਿਮਰਤੀਆਂ, ਇਹ ਸੰਪੂਰਨ ਧਾਰਮਿਕ ਪੁਸਤਕ ਕਹਿਣ ਇੱਕ ਵਾਤ, ਇਸ ਇੱਕ ਵਾਰ ਬਚਨ ਦੇ ਤਾਂ ਹੀ ਕਹਿਣ ਕਹਿੰਦੇ ਹਨ ਤੇ ਅਸਲੂ ਇੱਕ ਧਾਤ, ਇਸ ਰਚਨਾ ਦੇ ਅੰਤਰ ਅਸਲੂ ਅਸਲੀ ਸ਼ੁੱਧ ਸਰੂਪ ਇੱਕ ਇੱਕ ਹੀ ਅਦੁੱਤੀ ਸਰੂਪ ਪਰਮ ਪੁਰਖ ਵਾਹਿਗੁਰੂ ਹੈ, ਜੋ ਸਾਰੀ ਰਚਨਾ ਦਾ ਕਰਤਾ ਤੇ ਸਰਬ ਦਾ ਪ੍ਰਕਾਸ਼ਕ ਹੈ। ਉਸਦੇ ਸਰੂਪ ਤੋਂ ਭਿੰਨ ਜਿਤਨੀ ਨਾਮ ਰੂਪ ਰਚਨਾ ਹੈ, ਵੱਖੋ ਵੱਖਰੀਆਂ ਸ਼ਕਲਾਂ ਵਾਲੀ ਤੇ ਅੱਖਰ ਰੂਪ ਨਾਮਾਂ ਵਾਲੀ ਉਹ ਸਾਰੀ ਧਾਤ ਮਾਇਆ ਮਾਤਰ ਹੈ। ਮਾਇਆ ਮਾਤਰ ਹੋਣੀ ਕਰਕੇ ਸਾਰੀ ਰਚਨਾ ਧਾਤ ਧਾ ਜਾਣੀ ਵਾਲੀ ਨਾਸ਼ ਹੋ ਜਾਣੀ ਵਾਲੀ ਹੈ।